ਸਤ ਸ੍ਰੀ ਅਕਾਲ ਵੈਲਕਮ ਟੂ ਬਲੂਬਰਡ ਟ੍ਰਿਵੋ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ ਸਟੂਡੈਂਟ ਵੀਜ਼ਾ ਤੇ ਉਸ ਸਟੂਡੈਂਟ ਵੀਜ਼ਾ ਤੋਂ ਤੁਸੀਂ ਆਸਟ੍ਰੇਲੀਆ ਟਰੈਵਲ ਕਰਨਾ ਚਾਹੁੰਦੇ ਟੂਰਿਸਟ ਵੀਜ਼ਾ ਤੇ ਜਾਂ ਤੁਸੀਂ ਮੂਵ ਹੋਣ ਦਾ ਪਲਾਨ ਕਰ ਰਹੇ ਹੋ ਕਿ ਜਿਵੇਂ ਹੁਣ ਸਿਸਟਮ ਉੱਤੇ ਸਟੂਡੈਂਟ ਜਾਂ ਵਰਕ ਵੀਜ਼ਾ ਤੇ ਹੈਗੇ ਉਹਨਾਂ ਦੇ ਕਾਫੀ ਐਸੇ ਪਰਸਨ ਨੇ ਜਿਨ੍ਹਾਂ ਦਾ ਪਲਾਨ ਹੈ ਕਿ ਉਹ ਤੋਂ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਆ ਇੱਕ ਚੀਜ਼ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਕੈਨੇਡਾ 'ਚ ਰਹਿੰਦੇ ਹੋਏ ਉੱਥੋਂ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਦੇ ਹੋ ਤੇ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਬਹੁਤ ਹਾਈ ਰਹਿੰਦੇ ਆ ਅਸੀਂ ਕਾਫੀ ਐਵੇਂ ਦੇ ਵੀਜ਼ਾਸ ਜਿਹੜੇ ਆ ਉੱਥੋਂ ਅਪਲਾਈ ਕੀਤੇ ਜਿਨ੍ਹਾਂ ਦੇ ਵੀਜ਼ਾਸ ਕਾਫੀ ਰਿਜ਼ਲਟ ਸਾਨੂੰ ਵਧੀਆ ਦੇਖਣ ਨੂੰ ਮਿਲਿਆ ਤੇ ਬਹੁਤ ਵਧੀਆ ਰਿਜ਼ਲਟ ਆਉਂਦੇ ਆ ਛੇ ਤੁਹਾਡਾ ਐਵੇਂ ਦਾ ਪਲਾਨ ਹੈਗਾ ਤੇ ਬਿਲਕੁਲ ਤੁਹਾਨੂੰ ਆਪਣਾ ਕੈਨੇਡਾ ਤੋਂ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਨਾ ਚਾਹੀਦਾ ਇਹਦੀ ਰਿਕੁਆਇਰਮੈਂਟਸ ਕੀ ਨੇ ਆਪਾਂ ਉਹਦੇ ਬਾਰੇ ਅੱਜ ਗੱਲ ਕਰਨੀ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ ਤਾਂ ਕੈਨੇਡਾ ਤੋਂ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਨ ਲਈ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਵੀਜ਼ਾ ਸਟੇਟਸ ਜਿਹੜਾ ਉਹ ਹੋਣਾ ਜ਼ਰੂਰੀ ਹੈ ਤੁਸੀਂ ਭਾਵੇਂ ਸਟੂਡੈਂਟ ਵੀਜ਼ਾ ਤੇ ਉਹ ਭਾਵੇਂ ਵਰਕ ਵੀਜ਼ਾ ਤੇ ਹੋ ਈਵਨ ਤੁਸੀਂ ਪੀਆਰ ਹੋ ਤਾਂ ਵੀ ਤੁਹਾਨੂੰ ਵੀਜ਼ਾ ਚਾਹੀਦਾ ਆਸਟ੍ਰੇਲੀਆ ਲਈ ਬਟ ਇੱਕ ਗੱਲ ਰੱਖਿਓ ਕਿ ਜੇ ਤੁਹਾਡੇ ਕੋਲ ਸ਼ਾਰਟ ਟਰਮ ਵੀਜ਼ਾ ਯਾਨੀ ਸਟੂਡੈਂਟ ਵੀਜ਼ਾ ਜਾਂ ਫਿਰ ਵਰਕ ਵੀਜ਼ਾ ਉਸ ਕੇਸ ਕੀ ਹੁੰਦਾ ਹੈ ਕਿ ਤੁਹਾਡੀ ਵੀਜ਼ਾ ਵੈਲਿਡਿਟੀ ਦੇਖੀ ਜਾਂਦੀ ਹੈ ਤੁਹਾਡੀ ਵੀਜ਼ਾ ਵੈਲਿਡਿਟੀ ਐਟ ਲੀਸਟ 6 ਮੰਥ ਦੀ ਪਈ ਹੋਵੇ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਜੇ ਉਹ ਵੀਜ਼ਾ ਵੈਲਿਡਿਟੀ ਤੁਹਾਡੀ 6 ਮੰਥ ਤੋਂ ਘਟ ਹੈ ਥੈਂਨ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਘਟ ਹੋ ਜਾਂਦੇ ਆ ਉਸ ਕੇਸ 'ਚ ਤੁਹਾਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਵੀ ਵੀਜ਼ਾ ਅਪਲਾਈ ਕਰਨਾ ਹੋਵੇ ਸਭ ਤੋਂ ਪਹਿਲਾਂ ਵੈਲਿਡਿਟੀ ਚੈੱਕ ਕਰੋ ਥੈਨ ਉਸ ਤੋਂ ਬਾਅਦ ਜੇ ਤੁਸੀਂ ਸਟੂਡੈਂਟ ਹੋ ਤਾਂ ਆਪਣੇ ਸਟੱਡੀ ਦੇ ਪ੍ਰੂਫ ਸਾਰੇ ਦਿਓ ਜਿਵੇਂ ਕਿ ਤੁਹਾਡੇ ਆਨਲਾਈਨ ਪੋਰਟਲ ਦੇ ਜਿਹੜੇ ਸਕਰੀਨਸ਼ਾਟ ਦੇ ਸਕਦੇ ਹੋ ਤੁਸੀਂ ਫੀਸ ਪੇ ਕੀਤੀ ਉਹਦੀ ਰਸੀਪਟ ਦਿਓ ਆਫਰ ਲੈਟਰ ਦਿਓ ਤੁਸੀਂ ਜਿਹੜੀ ਜੀਆਈਸੀ ਉੱਥੇ ਪੇ ਕੀਤੀ ਹੋਈ ਆ ਉਹਦੀ ਸਟੇਟਮੈਂਟ ਨਾਲ ਲਾ ਦਿਓ ਸੇਵਿੰਗ ਦੇ ਵਿੱਚ ਜੇ ਤੁਹਾਡਾ ਕੋਈ ਫੰਡ ਪਿਆ ਉਹ ਵੀ ਲਾ ਸਕਦੇ ਜੇ ਉੱਥੇ ਫੰਡਸ ਨਹੀਂ ਹੈਗੇ ਤੇ ਇੰਡੀਆ ਤੋਂ ਵੀ ਫੰਡ ਆਪਣਾ ਲਾ ਸਕਦੇ ਹੋ ਫੰਡਸ ਤੁਹਾਡੇ ਪੇਰੈਂਟਸ ਦੇ ਵੀ ਹੋ ਸਕਦੇ ਨੇ ਬਸ ਇੱਕ ਐਫੀਡਵਿਟ ਤੁਹਾਡੇ ਪੇਰੈਂਟਸ ਕੋਲੋਂ ਲੱਗੇਗਾ ਜਿਸ ਦੇ ਨਾਲ ਕੀ ਫੰਡਸ ਜਿਹੜੇ ਆ ਉਹ ਪ੍ਰੂਫ ਹੋ ਜਾਏਗਾ ਕਿ ਉਹ ਫੰਡ ਤੁਹਾਡੇ ਵਾਸਤੇ ਨੇ ਇਸ ਤੋਂ ਇਲਾਵਾ ਜੇ ਤੁਸੀਂ ਵਰਕ ਵੀਜ਼ਾ ਤੇ ਉਹ ਤੇ ਵਰਕ ਕੰਟਰੈਕਟ ਲਾ ਦਿਓ ਆਪਣੇ ਵਰਕ ਵੀਜ਼ਾ ਦੀ ਕਾਪੀ ਲਾਓ ਨਾਲ ਤੁਸੀਂ ਸੈਲਰੀ ਸਲਿੱਪਸ ਲਾਓ ਤੇ ਜਿਹੜੇ ਅਕਾਊਂਟ ਸੈਲਰੀ ਆਉਂਦੀ ਆ ਉਸ ਅਕਾਊਂਟ ਦੀ ਸਟੇਟਮੈਂਟ ਲਾ ਦਿਓ ਫੰਡਸ ਤੁਹਾਡੇ ਕੋਲ ਹੋਣ ਜੇ ਫੰਡਸ ਤੁਹਾਡੇ ਕੋਲ ਉਥੇ ਨਹੀਂ ਹੈਗੇ ਤੁਸੀਂ ਇੰਡੀਆ ਤੋਂ ਵੀ ਸ਼ੋਅ ਕਰ ਸਕਦੇ ਹੋ ਤੇ ਇਹ ਡਾਕੂਮੈਂਟ ਜਿਹੜੇ ਹੁੰਦੇ ਨੇ ਬਹੁਤ ਜ਼ਰੂਰੀ ਨੇ ਇਹ ਡਾਕੂਮੈਂਟਸ ਦੇ ਨਾਲ ਤੁਸੀਂ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਬੜੇ ਈਜ਼ੀਲੀ ਲੈ ਸਕਦੇ ਹੋ 3 ਸਾਲ ਦਾ ਵੀਜ਼ਾ ਮਿਲ ਜਾਂਦਾ ਟੂਰਿਸਟ ਉਸ ਵੀਜ਼ਨ ਨੂੰ ਕਨਵਰਟ ਵੀ ਕੀਤਾ ਜਾ ਸਕਦਾ ਕਿਉਂਕਿ ਆਸਟ੍ਰੇਲੀਆ ਵੀਜ਼ਾ ਕਨਵਰਟ ਹੋਣਾ ਈਜ਼ੀ ਹੁੰਦਾ ਤੇ ਬੜੀ ਈਜ਼ੀਲੀ ਜਿਹੜਾ ਕਨਵਰਟ ਹੋ ਜਾਂਦਾ ਤੇ ਤੁਸੀਂ ਪਲਾਨ ਕਰੋ ਆਪਣਾ ਆਸਟ੍ਰੇਲੀਆ ਵੀਜ਼ਾ ਤੇ ਜੇ ਤੁਹਾਨੂੰ ਅਪਲਾਈ ਕਰਨ ਵਾਸਤੇ ਸਾਡੀ ਟੀਮ ਦੀ ਹੈਲਪ ਚਾਹੀਦੀ ਹੋਵੇ ਤੇ ਸਾਡੀ ਟੀਮ ਨਾਲ ਕੰਟੈਕਟ ਕਰਕੇ ਆਪਣਾ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਅਪਲਾਈ ਵੀ ਕਰਵਾ ਸਕਦੇ ਹੋ ਉਮੀਦ ਕਰਦੇ ਹਾਂ ਇਨਫੋਰਮੇਸ਼ਨ ਤੁਹਾਡੇ ਲਈ ਕਾਫੀ ਕੰਮ ਦੀ ਹੋਏਗੀ ਤੇ ਮਿਲਦੇ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ